ਸੱਜਣ ਪਿਆਰਿਓ ਤੇ ਮਾਂ ਦੇ ਦੁਲਾਰਿਓ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਸ਼ੋਅ ਦਾ ਟ੍ਰੀ ਟਾਕ, ਜਾਣੇ ਕੇ ਬਿਰਖ ਬਾਤ ਵਿੱਚ। ਅੱਜ ਦਾ ਜਿਹੜਾ ਵਿਸ਼ਾ ਹੈ ਕਿ ਰੁੱਖ ਲਗਾਉਣ ਵੇਲੇ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ। ਸਾਡੇ ਨਾਲ ਸਾਡੇ ਮਾਹਿਰ ਨੇ, ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ, ਜਿਹੜੇ ਕਿ ਸਾਡੇ ਨਾਲ ਰੂਬਰੂ ਨੇ ਅਤੇ ਸਾਨੂੰ ਵੱਖ ਵੱਖ ਪ੍ਰਸ਼ਨਾਂ ਦੇ ਉੱਤਰ ਦੇਣਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਜੀ। ਥੈਂਕ ਯੂ ਜੀ, ਧੰਨਵਾਦ। ਅਤੇ ਜਿਵੇਂ ਕਿ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਪਿੰਡ ਵਿੱਚ ਕਿਹੜੇ ਕਿਹੜੇ ਸਥਾਨ ਅਸੀਂ ਕਿਵੇਂ ਚੁਣਨੇ ਆ ਰੁੱਖ ਲਗਾਉਣ ਵਾਸਤੇ, ਅੱਜ ਵੀ ਸਾਡੇ ਜਿਹੜੇ ਅੱਗੋਂ ਪੜਾਅ ਦੇ ਨਾਲ ਕੜੀ ਜੋੜਦੇ ਹੋਏ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਗ੍ਹਾ ਦੀ ਚੋਣ ਤੋਂ ਬਾਅਦ ਤੁਸੀਂ ਹੋਰ ਕੀ ਜਿਹੜੇ ਸਟੈਪਸ ਕਿੱਦਾਂ ਕਾਊਂਟ ਕਰਦੇ ਹੋ? ਦੇਖੋ ਜੀ, ਜਦੋਂ ਅਸੀਂ ਰੁੱਖ ਲਾਉਣਾ ਅਤੇ ਰੁੱਖ ਲਾਉਣ ਵੇਲੇ ਜਿਹੜੇ ਜਗ੍ਹਾ 'ਤੇ ਰੁੱਖ ਲਾਉਣਾ ਉਹਦੀ ਚੋਣ ਸਭ ਤੋਂ ਇੰਪੋਰਟੈਂਟ ਚੀਜ਼ ਆ ਜਾਂਦੀ ਤਾਂ ਉਹ ਤੁਹਾਡੀ ਜਗ੍ਹਾ ਜਦੋਂ ਤੁਸੀਂ ਚੂਜ਼ ਕਰਦੇ ਹੋ ਤਾਂ ਪਹਿਲਾਂ ਤਾਂ ਇਹ ਦੇਖੋ ਕਿ ਵੀ ਉਹਦੇ ਵਿੱਚ ਥੱਲੇ ਕੋਈ ਮਲਬਾ ਤਾਂ ਨਹੀਂ। ਜਿੱਦਾਂ ਹੁਣ ਆਹ ਮਿੱਟੀ ਦੇਖਦੇ ਹਾਂ, ਆਹ ਪੋਲੀ ਆ, ਥੱਲੋਂ ਇੱਥੇ ਕੋਈ ਤੁਹਾਨੂੰ ਮਿੱਟੀ, ਪੱਥਰ, ਕੁਅੰਕਰ, ਪੋਲੀਥੀਨ ਕੁਛ ਨਹੀਂ ਮਿਲ ਰਿਹਾ। ਠੀਕ ਹੈ ਜੀ। ਜ਼ਮੀਨ ਨੂੰ ਦੇਖੋ, ਫਿਰ ਉੱਪਰ ਦੇਖੋ ਵੀ ਕੋਈ ਬਿਜਲੀ ਦੀਆਂ ਤਾਰਾਂ ਜਾਂ ਕੁਛ ਹੋਰ ਤਾਂ ਨਹੀਂ ਚੱਲ ਰਿਹਾ। ਠੀਕ ਹੈ। ਸੋ ਇਹ ਫਿਰ ਇਹ ਦੇਖੋ ਕਿ ਉਹਦੇ ਆਸੇ ਪਾਸੇ ਫਲਾ ਲਈ ਬੂਟੇ ਦੇ ਜਗ੍ਹਾ ਹੈ। ਹਾਂਜੀ। ਸੋ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈਗਾ ਵੀ ਜਗ੍ਹਾ ਦੀ ਜਿਹੜੀ ਚੋਣ ਕਰਨੀ। ਸੈਕੰਡਲੀ, ਜਦੋਂ ਤੁਸੀਂ ਜਗ੍ਹਾ ਦੀ ਸਿਲੈਕਸ਼ਨ ਕਰ ਲਈ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਪਹਿਲਾਂ ਪਾਣੀ ਜੀਵਾ ਜਿਤ ਹਰਿਆ ਸਭ ਕੋਏ। ਜੇ ਤੁਹਾਡੇ ਕੋਲ ਪਾਣੀ ਦਾ ਪ੍ਰਬੰਧ ਹੈ ਨਹੀਂ ਤਾਂ ਕਿਰਪਾ ਕਰਕੇ ਬੂਟੇ ਨਾ ਲਾਓ। ਬਿਲਕੁਲ ਠੀਕ, ਬਿਲਕੁਲ। ਤੁਸੀਂ ਪਾਣੀ ਦਾ ਜਿਹੜਾ ਪ੍ਰਬੰਧ ਆ ਜਾਂ ਪਾਈਪ ਨਾਲ ਆ ਜਾਂ ਤੁਸੀਂ ਬਾਲਟੀ ਨਾਲ ਆ, ਜਿੱਦਾਂ ਵੀ ਆ, ਤੁਸੀਂ ਪ੍ਰਬੰਧ ਕਰਨਾ ਤੁਸੀਂ ਵੀ ਕਿੱਦਾਂ ਪਾਣੀ ਦੀ ਅਵੇਲੇਬਿਲਟੀ ਰੈਗੂਲਰ ਰਹਿਣੀ ਆ। ਹਾਂਜੀ। ਬੂਟੇ ਲਾਉਣ ਵੇਲੇ ਸਭ ਤੋਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਕਹੀਏ ਨਾ, ਦੋ ਤਿੰਨ, ਉਹਨਾਂ 'ਚੋਂ ਮੇਨ ਹੈ ਹੀ ਟੋਏ ਦਾ ਸਾਈਜ਼ ਬਹੁਤ ਮੈਟਰ ਕਰਦਾ। ਹਾਂਜੀ। ਸਾਡੇ ਲੋਕ ਅੱਜ ਕੱਲ੍ਹ ਬੋਕੀਆਂ ਨੇ, ਜਾਂ ਤਾਂ ਜਿੰਨੀ ਗਾਚੀ ਜਿੰਨੀ ਰੂਟ ਬਾਲ ਹੁੰਦੀ ਆ ਪਲਾਂਟ ਦੀ ਉਨਾ ਟੋਆ ਪੜਦੇ ਆ। ਹਾਂਜੀ। ਤੇ ਜਾਂ ਇੰਨਾ ਵੱਡਾ ਟੋਆ ਪੜਦੇ ਵਿੱਚ ਬੈਠ ਕੇ ਬੂਟਾ ਲਾਉਂਦੇ ਆ। ਅੱਛਾ ਜੀ। ਪਰ ਇੱਕ ਜਨਰਲੀ ਜਿਹੜਾ ਥੰਬ ਰੂਲ ਆ ਇਹ ਆ ਕਿ ਵੀ ਜਦੋਂ ਜਿਹੜਾ ਪਲਾਂਟ ਤੁਸੀਂ ਲਾਉਣਾ ਤਾਂ ਉਹਦੀ ਜਿੰਨੀ ਗਾਚੀ ਆ, ਉਹਦਾ ਜਿੰਨਾ ਰੂਟ ਬਾਲ ਆ, ਉਹਦੇ ਨਾਲੋਂ ਅੰਦਾਜ਼ਾ ਤਿੰਨ ਗੁਣਾ ਤੁਹਾਡਾ ਬੂਟਾ ਟੋਆ ਹੋਣਾ ਚਾਹੀਦਾ। ਠੀਕ ਹੈ ਜੀ। ਜਦੋਂ ਤੁਸੀਂ ਜਿਹੜਾ ਬੂਟਾ ਸਿਲੈਕਟ ਕਰ ਲਿਆ, ਫਿਰ ਬੂਟੇ ਦੀ ਜਿਹੜੀ ਸਿਲੈਕਸ਼ਨ ਕਰਨੀ ਆ, ਬੂਟਾ ਵਧੀਆ ਹੈਲਦੀ ਹੋਣਾ ਚਾਹੀਦਾ, ਸਿੱਧਾ ਹੋਣਾ ਚਾਹੀਦਾ, ਉਹਦੇ ਜਿਹੜੇ ਟਾਹਣੀਆਂ ਨੇ ਉਹ ਮਤਲਬ ਟੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ, ਖਾਸ ਕਰਕੇ ਜਿਹੜਾ ਉਹਦੀ ਟੋਪ ਜਿਹੜੀ ਸ਼ੂਟ ਹੈ ਉਹ ਬਿਲਕੁਲ ਬ੍ਰੇਕ ਨਹੀਂ ਹੋਣੀ ਚਾਹੀਦੀ ਜੀ ਜਦੋਂ ਅਸੀਂ ਪਲਾਂਟ ਲੈਣ ਲੱਗੇ ਹਾਂ। ਠੀਕ ਹੈ ਜੀ। ਫਿਰ ਜਦੋਂ ਇਹਨੂੰ ਬੂਟੇ ਨੂੰ ਲਾਉਣਾ ਤਾਂ ਬੂਟੇ ਨੂੰ ਜਿਹੜਾ ਤੁਸੀਂ ਟੋਆ ਪੱਟਿਆ ਉਹ ਪਹਿਲਾਂ ਜਿਹੜੀ ਉਹਦੀ ਥੱਲੇ ਮਿੱਟੀ ਆ ਉਹ ਪੋਲੀ ਹੋਣੀ ਚਾਹੀਦੀ ਆ ਤਾਂ ਜੋ ਉਹਦੀਆਂ ਰੂਟਸ ਚੰਗੀ ਤਰ੍ਹਾਂ ਸਪਰੈਡ ਕਰਨ ਜੀ। ਔਰ ਇੱਕ ਅਹਿਮ ਚੀਜ਼ ਇਹ ਆ ਕਿ ਵੀ ਇਹਨੂੰ ਇਹਦੇ ਵਿੱਚੋਂ ਜਦੋਂ ਤੁਸੀਂ ਇਹਦੀ ਥੈਲੀ 'ਚੋਂ ਜਾਂ ਪਲਾਸਟਿਕ ਦੀ ਥੈਲੀ 'ਚ ਹੁੰਦਾ ਜਾਂ ਬੋਰੀ 'ਚ ਹੁੰਦਾ, ਇਹਨੂੰ ਕੱਢਣਾ ਬੜੇ ਧਿਆਨ ਨਾਲ ਆ। ਹਾਂਜੀ। ਅਕਸਰ ਹੀ ਇਹਦੇ ਵੇਲੇ ਵੀ ਲੋਕ ਗਲਤੀ ਕਰ ਲੈਂਦੇ ਆ ਕਿ ਉਹ ਰੂਟ ਬਾਲ ਜਿਹੜੀ ਹੈਗੀ ਟੁੱਟ ਜਾਂਦੀ ਆ, ਤਾਂ ਇਹਨੂੰ ਟੁੱਟਣਾ ਨਹੀਂ ਚਾਹੀਦਾ। ਤਾਂ ਇਹਨੂੰ ਧਿਆਨ ਨਾਲ ਇੱਦਾਂ ਤੁਸੀਂ ਕੋਈ ਵੀ ਤਿੱਖੀ ਚੀਜ਼ ਲੈ ਕੇ ਇੱਦਾਂ ਖੋਲ੍ਹ ਲੈਣਾ। ਜਦੋਂ ਇਹ ਅਕਸਰ ਹੀ ਇਹ ਹੋਇਆ ਹੋਇਆ ਹੁੰਦਾ ਕਿ ਜਿਹੜੀ ਰੂਟ ਬਾਲ ਆ ਇੱਦਾਂ ਹਿੱਲੀ ਵੀ ਹੁੰਦੀ ਆ, ਕਿਉਂਕਿ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਆ ਤਾਂ ਫਿਰ ਇਹਦਾ ਤਰੀਕਾ ਇਹ ਹੁੰਦਾ ਕਿ ਵੀ ਇਹਨੂੰ ਤੁਸੀਂ ਇੱਦਾਂ ਫੜ ਕੇ ਉਹਦੇ ਵਿੱਚ ਟੋਏ ਦੇ ਇੱਦਾਂ ਹੀ ਲੈ ਕੇ ਰੱਖੋ। ਗਾਚੀ ਸਮੇਤ ਟੋਏ ਚ ਰੱਖਣਾ ਤਾਂ ਆਹ ਚੀਜ਼ ਏਦਾਂ ਦੇਖਣੀ ਆ ਕਿ ਜਿਹੜੀ ਆਹ ਵਾਲੀ ਚੀਜ਼ ਆ ਇਹ ਇੰਚ ਦੋ ਇੰਚ ਇਹ ਤੋਂ ਥੱਲੇ ਹੋਣੀ ਚਾਹੀਦੀ ਆ, ਇਹ ਬਹੁਤ ਜ਼ਿਆਦਾ ਡੂੰਘੀ ਨਹੀਂ ਹੋਣੀ ਚਾਹੀਦੀ। ਜੇ ਤੁਹਾਡਾ ਟੋਆ ਜੇ ਇਹ ਇੰਨਾ ਜ਼ਿਆਦਾ ਥੱਲੇ ਚਲਿਆ ਗਿਆ ਤਾਂ ਬੂਟੇ ਦੇ ਮਰਨ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ। ਫਿਰ ਇਸ ਤੋਂ ਬਾਅਦ ਇੰਪੋਰਟੈਂਟ ਚੀਜ਼ ਇਹ ਆਉਂਦੀ ਆ ਕਿ ਜਿਹੜੀ ਤੁਸੀਂ ਮਿੱਟੀ ਦੇ ਨਾਲ ਨਾਲ ਖਾਦ ਜਾਂ ਖਾਦ ਅਤੇ ਮਿੱਟੀ ਦਾ ਜਿਹੜਾ ਮਿਸ਼ਰਣ ਪਾਉਣਾ ਉਹ ਤੁਸੀਂ ਬੂਟੇ ਦੇ ਥੱਲੇ ਪਾਉਣ ਦੀ ਬਜਾਏ ਜਿੰਨਾ ਆਸੇ ਪਾਸੇ ਪਾਓਗੇ ਉਹ ਜ਼ਿਆਦਾ ਬੈਨੀਫਿਸ਼ੀਅਲ ਰਹਿੰਦਾ, ਕਿਉਂਕਿ ਜ਼ਿਆਦਾਤਰ ਜਿਹੜੀਆਂ ਸਾਡੀਆਂ ਟ੍ਰੀ ਸਪੀਸੀਜ਼ ਨੇ ਇਹਨਾਂ ਦੀ ਜਿਹੜਾ ਰੂਟਸ ਦਾ ਜਿਹੜਾ ਸਪਰੈਡ ਆ ਗਰੋਥ ਆ ਉਹ ਇਸ ਤਰ੍ਹਾਂ ਜਾਂਦੀ ਆ। ਹਾਂਜੀ। ਉਹ ਬਿਲਕੁਲ ਡਾਊਨਵਰਡ ਜ਼ਿਆਦਾ ਨਹੀਂ ਜਾਂਦੀ, ਇਸ ਕਰਕੇ ਜਿੰਨੀ ਖਾਦ ਪਾਉਣੀ ਆ ਉਹਨੂੰ ਤੁਸੀਂ ਜਿੰਨੀ ਜਿਹੜੀ ਰੂਟ ਬਾਲ ਆ ਗਾਚੀ ਆ ਉਹਦੇ ਆਸੇ ਪਾਸੇ ਪਾਓਗੇ ਉਨੀ ਜ਼ਿਆਦਾ ਉਹ ਬੈਨੀਫਿਸ਼ੀਅਲ ਹੋਊਗਾ, ਤਾਂ ਕਿ ਜਿਹੜਾ ਆਸੇ ਪਾਸੇ ਫੈਲ ਕੇ ਆਪਣੀ ਜਿਹੜੀ ਖੁਰਾਕ ਹੈ ਉਹ ਜਲਦੀ ਲੈ ਸਾਰੇ ਪਾਸਿਓਂ ਲੈ ਸਾਰੇ ਪਾਸਿਓਂ ਨਾ ਕਿ ਕੇਵਲ ਸਿਰਫ ਡੂੰਘਾਈ ਤੋਂ ਲੈ। ਜਦੋਂ ਠੀਕ ਹੈ, ਕਈ ਲੋਕ ਬਿਲਕੁਲ ਟੋਏ ਦੇ ਥੱਲੇ ਖਾਦ ਪਾਉਂਦੇ ਆ ਤੇ ਉਹ ਤਾਂ ਸਗੋਂ ਅੱਧੀ ਤੋਂ ਜ਼ਿਆਦਾ ਤਾਂ ਉਹ ਅਵੇਲੇਬਲ ਹੀ ਨਹੀਂ ਹੁੰਦੀ ਪਲਾਂਟਸ। ਜਦੋਂ ਅਸੀਂ ਕੋਈ ਵੀ ਨਵਾਂ ਰੁੱਖ ਲਾਉਣੇ ਆ ਹਾਂਜੀ ਤਾਂ ਉਹਦੇ 'ਚ ਜਿਹੜੀ ਜ਼ਮੀਨ ਨਾਲ ਮਿੱਟੀ ਪੋਲੀ ਹੁੰਦੀ ਆ ਤਾਂ ਉਹਨੂੰ ਇੱਦਾਂ ਦੱਬਣਾ ਬਹੁਤ ਲਾਜ਼ਮੀ ਆ, ਨਹੀਂ ਤਾਂ ਜਦੋਂ ਹਨੇਰੀ ਆਉਂਦੀ ਆ ਹਵਾ ਚੱਲਦੀ ਆ ਤਾਂ ਬੂਟਾ ਜਿਹੜੇ ਉਹਦੇ ਡਿੱਗਣ ਦਾ ਜਿਹੜਾ ਖਦਸ਼ਾ ਉਹ ਵੱਧ ਜਾਂਦਾ। ਠੀਕ ਹੈ ਜੀ। ਔਰ ਇਹ ਜਿਹੜੀ ਇਹ ਵਾਲਾ ਪ੍ਰੋਸੈਸ ਆ ਇਹ ਸਿਰਫ ਇੱਕ ਵਾਰੀ ਨਹੀਂ ਕਰਨਾ ਪੈਂਦਾ, ਇਹ ਘੱਟੋ ਘੱਟ ਦੋ ਵਾਰੀ ਕਰਨਾ ਚਾਹੀਦਾ।